ਸਾਰੇ ਜਣੇ ਮੈਨੂੰ ਆਪਦੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਆ, ਫਿਰ ਚਾਹੇ ਉਹ ਮੇਰੇ ਘਰ ਦੇ ਹੋਣ ਜਾਂ ਪਿੰਡ ਦੇ ਮੁੰਡੇ। ਪਿਛਲੇ ਕਈ ਦਿਨਾਂ ਤੋਂ ਮੇਰੇ ਦਿਲ ਦੇ ਦਿਮਾਗ 'ਚ ਧਮਾਕੇ ਹੋ ਰਹੇ ਆ, ਜਿਨ੍ਹਾਂ ਨੂੰ ਹੁਣ ਮੈਂ ਹੋਰ ਨਹੀਂ ਸਹਿ ਸਕਦਾ। ਇਹਨਾਂ ਧਮਾਕਿਆਂ ਦਾ ਕਾਰਨ ਇੱਕ ਡਾਰਾ ਜਿਹਨੂੰ ਮੈਂ ਆਪਣੇ ਅੰਦਰ ਰੱਖ ਕੇ ਕਿੰਨੇ ਸਾਲਾਂ ਤੋਂ ਜੀ ਰਿਹਾ। ਆਉਣ ਵਾਲੇ ਟਾਈਮ ਬਾਰੇ ਸੋਚ ਸੋਚ ਕੇ ਪਤਾ ਨਹੀਂ ਕਿੰਨੀਆਂ ਹੀ ਰਾਤਾਂ ਤੋਂ ਮੈਂ ਸੌ ਨਹੀਂ ਸਕਿਆ। ਤੈਨੂੰ ਪਤਾ ਮੈਂ ਵਿਆਹ ਕਿਉਂ ਨਹੀਂ ਕਰਾਉਣਾ। ਬੰਦਾ ਤਾਂ ਜਾਨਵਰ ਤੱਕ ਨੂੰ ਨਹੀਂ ਛੱਡਦਾ, ਫਿਰ ਮੈਂ ਤੇ ਰਮਨ ਦੀ ਚੀਜ਼ ਕੀ ਇਸ ਹਵਸ ਅੱਗੇ? ਜਦੋਂ ਇਹ ਹਵਸ ਦਿਮਾਗ ਨੂੰ ਚੜ੍ਹਦੀ ਆ ਤਾਂ ਬੰਦਾ ਨਾ ਫਿਰ ਰਿਸ਼ਤੇ ਨਾਤੇ ਦੇਖਦਾ ਅਤੇ ਨਾ ਹੀ ਉਹਨੂੰ ਬੰਦੇ ਬੁੜੀ ਅਤੇ ਪਸ਼ੂ 'ਚ ਕੋਈ ਫਰਕ ਦਿਸਦਾ।